ਪਿੰਡ ਗੜਾ ਦੀ ਰਹਿਣ ਵਾਲੀ 27 ਸਾਲਾਂ ਦੀ ਵਿਆਹਤਾ ਪ੍ਰੀਤ ਕੌਰ ਪਤਨੀ ਇੰਦਰਜੀਤ ਦੀ ਬਾਹ ਤੇ ਲੱਗੀ ਸੱਟ ਲਈ ਇਲਾਜ ਕਰਾਉਣ ਫਲੌਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਹੋਈ ਜਿਸ ਦੀ ਮੌਤ ਹੋ ਗਈ। ਮ੍ਰਿਤਕ ਪ੍ਰੀਤ ਦੇ ਪਤੀ ਇੰਦਰਜੀਤ ਨੇ ਦੱਸਿਆ ਕਿ ਪ੍ਰੀਤ ਨੂੰ ਡਾਕਟਰਾਂ ਨੇ 11 ਵਜੇ ਦੇ ਕਰੀਬ ਆਪਰੇਸ਼ਨ ਰੂਮ ਵਿੱਚ ਆਪਰੇਸ਼ਨ ਕਰਨ ਲਈ ਲੈ ਗਏ ਜਿੱਥੇ ਇਲਾਜ ਦੌਰਾਨ ਡਾਕਟਰ ਕੋਲੋਂ ਮੇਰੀ ਪਤਨੀ ਪ੍ਰੀਤ ਦੇ ਕੋਈ ਗਲਤ ਟੀਕਾ ਲੱਗ ਗਿਆ ਜਿਸ ਕਾਰਨ ਪ੍ਰੀਤ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ। ਡਾਕਟਰਾਂ ਨੇ ਸਾਨੂੰ 3 ਘੰਟਿਆਂ ਬਾਅਦ ਦੱਸਿਆ ਕਿ ਪ੍ਰੀਤ ਦੀ ਹਾਲਤ ਬਹੁਤ ਖਰਾਬ ਹੋ ਗਈ ਜਿਸ ਨੂੰ ਜਲੰਧਰ ਰੈਫਰ ਕਰਨਾ ਹੈ, ਪਰ ਜਦੋਂ ਮੈਂ ਆਪਣੀ ਪਤਨੀ ਨੂੰ ਦੇਖਿਆ ਤਾਂ ਉਸ ਦੇ ਸਾਰੇ ਸਰੀਰ ਨੂੰ ਸੋਜ ਪੈ ਗਈ ਅਤੇ ਉਸ ਨੂੰ ਸਾਹ ਲੈਣ ਵਿੱਚ ਬਹੁਤ ਤਕਲੀਫ ਹੋ ਰਹੀ ਸੀ। ਸਾਨੂੰ ਡਾਕਟਰਾਂ ਨੇ ਜਲੰਧਰ ਰੈਫਰ ਕਰ ਦਿੱਤਾ ਅਤੇ ਇੱਕ ਡਾਕਟਰ ਨਾਲ ਵੀ ਗਈ, ਪਰ ਉਹ ਜਲੰਧਰ ਜਾ ਕੇ ਲਾਪਤਾ ਹੋ ਗਈ। ਅੱਜ ਸਵੇਰੇ ਮੇਰੀ ਪਤਨੀ ਦੀ ਮੌਤ ਹੋ ਗਈ। ਮੇਰੀ ਪਤਨੀ ਦੀ ਮੌਤ ਡਾਕਟਰਾਂ ਵੱਲੋਂ ਵਰਤੀ ਗਈ ਲਾਪਰਵਾਹੀ ਕਾਰਨ ਹੋਈ। ਡਾਕਟਰਾਂ ਕੋਲੋਂ ਉਸਦੇ ਕੋਈ ਗਲਤ ਟੀਕਾ ਲਗਾਇਆ ਗਿਆ ਜਿਸ ਨਾਲ ਮੇਰੀ ਪਤਨੀ ਦੀ ਮੌਤ ਹੋ ਗਈ। ਇਲਾਕੇ ਭਰ ਦੇ ਲੋਕਾਂ ਨੇ ਫਲੌਰ ਦੇ ਸਿਵਲ ਹਸਪਤਾਲ ਵਿੱਚ ਡਾਕਟਰ ਦੇ ਖਿਲਾਫ ਧਰਨਾ ਦਿੱਤਾ ਅਤੇ ਇਨਸਾਫ ਦੀ ਮੰਗ ਕੀਤੀ। ਦੂਜੇ ਪਾਸੇ ਫਲੌਰ ਹਸਪਤਾਲ ਦੀ SMO ਮੈਡਮ ਰੋਹਨੀ ਗੋਇਲ ਨੇ ਦੱਸਿਆ ਕਿ ਡਾਕਟਰਾਂ ਕੋਲੋਂ ਕੋਈ ਗਲਤੀ ਨਹੀਂ ਹੋਈ, ਇਹ ਸਭ ਕੁਝ ਅਚਾਨਕ ਹੋ ਗਿਆ। ਇਹ ਮਰੀਜ਼ ਦਾ ਅਸੀਂ ਪਹਿਲਾਂ ਵੀ 2 ਵਾਰ ਆਪਰੇਸ਼ਨ ਕਰ ਚੁੱਕੇ ਹਾਂ ਜੋ ਸਫਲ ਰਹੇ ਹਾਂ। ਮੌਕੇ ਤੇ ਥਾਣਾ ਫਲੌਰ ਦੀ ਪੁਲਿਸ ਦੇ ASI ਪਰਮਜੀਤ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਫਲੌਰ ਤੋਂ ਰਾਜਕੁਮਾਰ ਨੰਗਲ ਤੇ ਵਿਜੇ ਮਾਨ ਦੀ ਖਾਸ ਰਿਪੋਰਟ। ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਨਾਮ ਮੇਰਾ ਇੰਦਰਜੀਤ ਸਿੰਘ ਹੈ ਜੀ ਤੇ ਵਾਈਫ ਦਾ ਨਾਮ ਪ੍ਰੀਤ ਕੌਰ ਆ। ਅਸੀਂ ਇੱਥੇ ਆਪਰੇਸ਼ਨ ਕਰਾਉਣਾ ਸੀ ਗੁੱਟ ਦਾ ਜੀ। ਗੁੱਟ ਦਾ ਆਪਰੇਸ਼ਨ ਕਰਾਉਣ ਆਏ ਸੀਗੇ ਤੇ ਇੱਥੇ ਇਹ ਕਹਿੰਦੇ ਵੀ ਚਲੋ ਕਰ ਦਿੰਦੇ ਹਾਂ ਵੀ ਸ਼ੁੱਕਰਵਾਰ ਆਪਰੇਸ਼ਨ ਹੋਣਾ ਤੇ ਸ਼ੁੱਕਰਵਾਰ ਅਸੀਂ ਕਰਾਇਆ ਨਹੀਂ, ਅਸੀਂ ਵਿਆਹ ਸੀਗਾ ਸਾਡੇ, ਵਿਆਹ ਕਰਕੇ ਰੁਕ ਗਏ ਅਸੀਂ। ਇਹ ਕਹਿੰਦੇ ਵੀ ਚਲੋ ਮੰਗਲਵਾਰ ਕਰਾ ਲਿਓ ਆਪਰੇਸ਼ਨ। ਮੰਗਲਵਾਰ ਅਸੀਂ ਆਏ ਹਾਂ ਤੇ ਇਹ ਸਾਨੂੰ 8 ਵਜੇ ਬੁਲਾਇਆ ਸੀ। 8 ਵਜੇ ਆਏ ਸੀ ਤੇ ਦਫ਼ਤਰ ਬੰਦ ਸੀਗਾ ਸਾਰਾ ਕੁਛ ਤੇ ਅਸੀਂ 9 ਵਜੇ ਆਏ ਫਿਰ ਬੈਠੇ ਰਹੇ ਬੈਠੇ ਫਿਰ ਕਹਿੰਦੇ 11 ਵਜੇ ਮੈਂ ਉਹਨੂੰ ਲੈ ਕੇ ਗਿਆ ਘਰ ਵਾਲੀ ਨੂੰ ਮੇਰੀ ਅੰਦਰ। 11 ਵਜੇ ਨੀ ਇੰਜੈਕਸ਼ਨ ਲਗਾਇਆ ਤੇ ਮੁੜ ਕੇ 12:30 ਵਜੇ ਸਾਨੂੰ ਦੱਸਣ ਆ ਗਏ ਜੀ, ਕਹਿੰਦੇ ਉਹ ਤਾਂ ਦੇਹ ਤੋਂ ਖੁੱਲ ਗਈ ਹੋਈ, ਰਿਐਕਸ਼ਨ ਕਰ ਗਿਆ ਟੀਕਾ, ਵੀ ਜਲੰਧਰ ਲੈ ਕੇ ਜਾਣਾ ਪੈਣਾ। 10:15 ਵਜੇ ਜਦੋਂ ਅੰਦਰੋਂ ਇਹ ਨੀ ਕੱਢਿਆ ਸਾਨੂੰ ਦਿਖਾਲਿਆ ਵੀ ਨੀ, ਅੰਦਰੋਂ ਕੱਢ ਕੇ ਪਾਈਪ ਉਹਦੇ ਪਈ ਸੀਗੀ ਗਲੇ ਵਿੱਚ, ਸਾਹ ਵਾਲੀ ਪਾਈਪ ਪਾਈ ਸੀਗੀ ਤੇ ਸਿਲੰਡਰ ਲਾ ਕੇ ਦਵਾ ਹੱਥ ਨਾਲ ਆਕਸੀਜਨ ਕਰਦੇ ਪਏ ਸੀਗੇ। ਦਵਾ ਗੱਡੀ ਵਿੱਚ ਚੜਾ ਲਿਆ ਨੀ, ਦੂਜੀ ਗੱਲ ਨੀ ਕੀਤੀ ਨੀ, ਦਵਾ ਉੱਥੇ ਲੈ ਗਿਆ। ਉੱਥੇ ਲਿਜਾ ਕੇ ਮੈਡਮ ਨੇ ਪਤਾ ਨੀ ਕੀ ਕੀਤਾ, ਐਡਮਿਟ ਕਰਾ ਕੇ ਮੈਡਮ ਨਿਕਲ ਗਈ ਆ ਤੇ ਮੈਂ ਪਰਚੀ ਬਣਾਉਣ ਚਲ ਗਿਆ ਤੇ ਮੈਡਮ ਦੱਸ ਕੇ ਵੀ ਨੀ ਗਈ ਮੈਨੂੰ। ਤੇ ਬਾਅਦ ਚ ਮੈਂ ਲੱਜ ਲੱਜ ਕੇ ਗਿਆ ਜੀ, ਉਹਨੂੰ ਲੱਜਿਆ ਵੀ ਉਹਨੂੰ, ਮੈਂ 2-3 ਜਗ੍ਹਾ ਪੁੱਛਿਆ ਦੱਸਿਆ ਵੀ ਨੀ ਕਿੱਥੇ ਦਾਖਲ ਕੀਤਾ ਆ, ਉੱਥੇ ਹੀ ਛੱਡ ਕੇ ਚਲ ਗਈ। ਉੱਥੇ ਛੱਡ ਕੇ ਚਲ ਗਈ ਮੈਂ ਲੱਜ ਲੁੱਜ ਕੇ, ਫੇਰ ਪਹੁੰਚਿਆ ਦੇਖੋ ਘੰਟੇ ਘਰ ਪਹੁੰਚਿਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਟ੍ਰੀਟਮੈਂਟ ਉਹਨਾਂ ਨੇ ਜਾਂਦੇ ਵੈਟੀਲੇਟਰ ਤੇ ਪਾਤਾ, ਜਦੋਂ ਕਿ ਇਹ ਕਹਿੰਦੇ ਤੁਹਾਡਾ ਪੇਸ਼ੈਂਟ ਨਾਰਮਲ ਸੀ, ਫੇਰ ਤਾਂ ਉਹਨੂੰ ਵੈਟੀਲੇਟਰ ਦੀ ਲੋੜ ਹੀ ਨਹੀਂ ਸੀਗੀ। ਜੇ ਵੈਟੀਲੇਟਰ ਤੇ ਤਾਂ ਪਾਉਂਦੇ ਜੇ ਕੋਈ ਜ਼ਿਆਦਾ ਸੀਰੀਅਸ ਕੰਡੀਸ਼ਨ ਹੋਵੇ। ਆਪਰੇਸ਼ਨ ਤਾਂ ਉਹਨੇ ਗੁੱਟ ਦਾ ਕਰਾਉਣਾ ਸੀਗਾ, ਗੁੱਟ ਦੇ ਆਪਰੇਸ਼ਨ 'ਚ ਇੰਨਾ ਸੀਰੀਅਸ ਬੰਦਾ ਕਿ ਜਿਹਦੀ 5-6 ਘੰਟਿਆਂ ਦੇ ਵਿੱਚ ਮੌਤ ਹੋ ਜਾਂਦੀ ਆ, ਉਹਦਾ ਰੀਜ਼ਨ ਸਾਨੂੰ ਦੱਸੋ ਤਾਂ ਸਹੀ ਕਿ ਉਹਨੂੰ ਪ੍ਰੋਬਲਮ ਸੀ। ਜਦੋਂ ਬੱਚੇ ਉਹਨਾਂ ਦੇ 3 ਆ, 2 ਬੇਟੀਆਂ ਆ, 1 ਬੇਟਾ ਆ, ਛੋਟੇ ਛੋਟੇ ਬੱਚੇ ਆ। ਮੇਰੀ ਭਾਬੀ ਸੀਗੀ, ਅਸੀਂ ਇਹ ਕਹਿੰਦੇ ਜਿਹੜੇ ਡਾਕਟਰ ਇਨਗੈਲੀ ਕਰਦੇ ਆ ਉਹਨਾਂ ਦੇ ਆਪਸ਼ਨ ਲਿਆ ਜਾਵੇ, ਸਾਨੂੰ ਇਨਸਾਫ ਮਿਲੇ। ਧਰਨੇ ਦੇ ਸੰਬੰਧ ਤਾਂ ਵਿੱਚ ਇਹ ਆ ਜੀ, ਮੈਂ ਸੁਖਦੇਵ ਸਿੰਘ ਗੋਲਖ ਨੰਬਰਦਾਰ ਪਿੰਡ ਗੜੇ ਤੋਂ ਆ। ਮੇਰੇ ਪਿੰਡ ਮੇਰੇ ਪਿੰਡ ਦੀ ਨੂੰਹ ਪ੍ਰੀਤ ਕੌਰ, ਵਾਈਫ ਆਫ ਇੰਦਰਜੀਤ ਸਿੰਘ, ਜੋ ਕਿ ਗਰੀਬ ਪਰਿਵਾਰ ਆ ਔਰ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲਾ ਪਰਿਵਾਰ ਆ। ਜਿਹੜਾ ਧਰਨਾ ਸਾਡਾ ਕੋਈ ਖੁਸ਼ੀ ਨਾਲ ਨਹੀਂ ਲਾਇਆ, ਇਹ ਸਾਡਾ ਮੁਸੀਬਤ ਦਾ ਮਾਰਿਆਂ ਦਾ ਧਰਨਾ ਆ। ਸਾਡੇ ਮੇਰੇ ਪਿੰਡ ਦੀ ਨੂੰਹ ਦਾ ਇੱਕ ਗੁੱਟ 'ਤੇ ਫ੍ਰੈਕਚਰ ਸੀਗਾ, ਉਹਦੇ ਸੰਬੰਧ ਦੇ ਵਿੱਚ ਉਹ ਪੇਸ਼ੈਂਟ ਇੱਥੇ ਡਾਕਟਰ ਸਾਹਿਬ ਕੋਲ ਆਪਣੇ ਗੁੱਟ ਦਾ ਅਪਰੇਟ ਕਰਾ ਕੇ ਉਹ ਗੁੱਟ ਨੂੰ ਠੀਕ ਕਰਾਉਣ ਵਾਸਤੇ ਇੱਥੇ ਆਈ ਸੀ। ਪਰ ਗੁੱਟ ਨੂੰ ਜਦੋਂ ਪਰੇਟ ਕਰਾਉਣ ਲਈ ਉੱਥੇ 11:15-11 ਵਜੇ ਦੇ ਕਰੀਬ ਉਹਨਾਂ ਨੂੰ ਥੀਏਟਰ 'ਚ ਲੈ ਕੇ ਗਏ ਆ, ਵਿਦ ਇਨ ਆਵਰ ਉਹ ਪੇਸ਼ੈਂਟ ਨੂੰ ਸੁੱਜ ਫੁੱਲ ਗਈ, ਹੱਥਾਂ ਪੈਰਾਂ ਦੀਆਂ ਪੈ ਗਈਆਂ ਔਰ ਉਹਦੇ ਮੂੰਹ ਸੰਘ ਦੇ ਵਿੱਚ ਪਾਈਪ ਪਾ ਦਿੱਤੇ ਗਏ ਔਰ ਇਹਨਾਂ ਨੂੰ ਇੰਦਰਜੀਤ ਨੂੰ ਆ ਕੇ ਬਾਹਰ ਕਹਿ ਦਿੱਤਾ ਗਿਆ ਕਿ ਤੁਹਾਡਾ ਜਿਹੜਾ ਪੇਸ਼ੈਂਟ ਆ ਉਹ ਕ੍ਰਿਟੀਕਲ ਆ, ਇਹਨੂੰ ਜਲੰਧਰ ਲਿਜਾਣਾ ਪੈਣਾ ਆ। ਔਰ ਉਹ ਜਲੰਧਰ ਲੈ ਕੇ ਗਏ ਔਰ ਜਦੋਂ ਜਲੰਧਰ ਲੈ ਕੇ ਜਾ ਰਹੇ ਸੀ ਤਾਂ ਉਹਨੂੰ ਆਰਟੀਫਿਸ਼ਲ ਸਾਹ ਇੱਥੋਂ ਦਿੱਤਾ ਜਾ ਰਿਹਾ ਸੀਗਾ।
असी डॉक्टर साहब नू सारे जिम्मेवार बंदे मेरे नगर पंचायत सारी सारे मेरे पिंड तो बुद्ध प्रकाश जी इत्थे हैगे मेरे नाल आए हुए आ हाँ जी सारे मेरे पिंड की पंचायत मैंबर पंचायत सारे असी आजाद डॉक्टर साहब नू वड्डे मैडम जी नू मिले आ तां उहनां नू अंदर जाके असी कहा भी सानू दसो साडी तसली कराओ भी एडा वड्डा भाणा किदां वरत गया तां उहनां ने साडी तसली कराउण दी बजाए उत्ते लीचा पोची करन दी कोशिश कीती आ उत्ते लीचा पोची करन दी कोशिश कीती आ कि ताडा जिहड़ा पेशेंट आ उहदी पल्स बिल्कुल नॉर्मल सी उहदी हार्ट बीट सही सी उहदा बीपी सही सीगा तां मेरा उहनां नू इह क्वेश्चन सीगा भी जे उहदी हार्ट बीट सही सी उहदा पल्स रेट सही सीगा उहदी सारा कुछ बीपी नॉर्मल सी उहदी पल्स रेट सी हार्ट बीट सही सी तां उहनूं कैसी की प्रॉब्लम आ गई उहनूं जलंधर रैफर करन दी लोड़ पै गई मैं कहा मैं डॉक्टर साहब भी तुसीं उहनूं मिसगाइड करदे आ कि मैनूं मैनूं उल्टा सानूं घेर के उल्टा कहिंदे भी तुसीं गल नूं घुमाओ ना मैं कहा गल नहीं घुमाउंदे तुहाडे लफ्ज़ आ भी पेशेंट नॉर्मल सी दसो जी पेशेंट नॉर्मल आ तो संघ दे विच पाइप पाउण दी की लोड़ पै गई और उहनूं आर्टिफिशियल साह देण दी की लोड़ पै गई ਜਦੋਂ ਇੱਥੋਂ ਪੇਸ਼ੈਂਟ ਉੱਥੇ ਗਿਆ ਜਿਹੜੇ ਡਾਕਟਰ ਸਾਹਿਬ ਇਹਨਾਂ ਨਾਲ ਭੇਜੇ ਕੋਈ ਸਾਨੂੰ ਨਹੀਂ ਪਤਾ ਕਿ ਉਹ ਡਾਕਟਰ ਸਾਹਿਬ ਭੇਜੇ ਜਾਂ ਕੋਈ ਇਹਨਾਂ ਨੇ ਕੋਈ ਹੋਰ ਸਟਾਫ ਦਾ ਮੈਂਬਰ ਗਿਆ ਜਦੋਂ ਉਹ ਜਲੰਧਰ ਉੱਥੇ ਗਏ ਆ ਤਾਂ ਜਿਹੜਾ ਮੇਰੇ ਪਿੰਡ ਦਾ ਇਹ ਇੰਦਰਜੀਤ ਆ ਜਿਹਦੀ ਮਿਸੀ ਦੀ ਡੈਥ ਹੋਈ ਆ ਉਹ ਉਹਨੂੰ ਉਸੇ ਵੇਲੇ ਇਮੀਡੀਏਟਲੀ ਫਾਈਲ ਬਣਾਉਣ ਲਈ ਕਿਹਾ ਗਿਆ ਉਹ ਆਪਣੀ ਪਰਚੀ ਲੈ ਕੇ ਫਾਈਲ ਬਣਾਉਣ ਗਿਆ ਜਦੋਂ ਫਾਈਲ ਬਣਾ ਕੇ ਵਾਪਸ ਆਇਆ ਕਿਉਂਕਿ ਫਾਈਲ ਬਣਾਉਣ ਤੋਂ ਬਾਅਦ ਹੀ ਪੇਸ਼ੈਂਟ ਨੇ ਐਡਮਿਟ ਹੋਣਾ ਸੀ ਤੇ ਮੈਡੀਸਨ ਚਾਲੂ ਹੋਣੀ ਸੀ ਜਦੋਂ ਫਾਈਲ ਬਣਾ ਕੇ ਵਾਪਸ ਆਇਆ ਤਾਂ ਉਹਨੂੰ ਜਿਹੜੇ ਇੱਥੋਂ ਸਟਾਫ ਗਿਆ ਸੀਗਾ ਨਾਲ ਉਹਨੂੰ ਨਹੀਂ ਉਹ ਮਿਲੇ ਉਹ ਲੱਭ ਹੰਭ ਗਿਆ ਉਹਨੂੰ ਦੋ ਤਿੰਨ ਉਹਨੇ ਜਗ੍ਹਾ ਸਾਨੂੰ ਦੱਸੀ ਵੀ ਮੈਂ ਉੱਪਰ ਥੱਲੇ ਤੱਕ ਸਾਰੇ ਲੱਭਿਆ ਵੀ ਜਿਹੜੇ ਮੇਰੇ ਨਾਲ ਆਏ ਆ ਕਿਉਂਕਿ ਇਹ ਅਨਪੜ੍ਹ ਬੰਦਾ ਇਹਨੂੰ ਨਹੀਂ ਸੀ ਪਤਾ ਵੀ ਮੈਂ ਕਿਹਨਾਂ ਗੱਲ ਕਰਨੀ ਆ ਕਿੱਥੇ ਡਾਕਟਰ ਨਾਲ ਗੱਲ ਕਰਨੀ ਪਰ ਉੱਥੋਂ ਡਾਕਟਰ ਆਏ ਸਾਡਾ ਇੱਕ ਕੁਐਸਚਨ ਇਹ ਵੀ ਉਹ ਜਿਹੜੇ ਨਾਲ ਗਏ ਉਹਨਾਂ ਨੇ ਉਸ ਪੇਸ਼ੈਂਟ ਦੀ ਤਸੱਲੀ ਕਿਉਂ ਨਹੀਂ ਕਰਾਈ ਵੀ ਮੈਂ ਤਾਂ ਪੇਸ਼ੈਂਟ ਦਾਖਲ ਕਰਾ ਚੱਲੀ ਹਾਂ ਅਤੇ ਇੱਥੇ ਆ ਹੈਂਡਓਵਰ ਕਰ ਚੱਲੀ ਡਾਕਟਰ ਨੂੰ ਇੱਕ ਭਰਾਈ ਨਾ ਉਹ ਡਾਕਟਰ ਦੇ ਸਾਡੇ ਇੰਦਰਜੀਤ ਦੇ ਮੱਥੇ ਨਹੀਂ ਲੱਗੇ ਜਿਹਦੀ ਮਿਸੇਜ ਮਰੀ ਆ ਉਹ ਵੀ ਉੱਥੋਂ ਆ ਗਿਆ ਪਹਿਲਾ ਕੁਐਸਚਨ ਸਾਡਾ ਇਹ ਜੇ ਉਹ ਡਾਕਟਰ ਦੇ ਕੋਲ ਟੀਕਾ ਲਾਇਆ ਗਿਆ ਉਹ ਟੀਕੇ ਨੂੰ ਇੰਜੈਕਟ ਕਰਨ ਤੋਂ ਪਹਿਲਾਂ ਜੇ ਉਹ ਰਿਐਕਸ਼ਨ ਕਰ ਸਕਦਾ ਸੀ ਜੇ ਕਿਸੇ ਹਿਊਮਨ ਬੀਇੰਗ ਨੂੰ ਹਿਊਮਨ ਬਾਡੀ ਨੂੰ ਉਹ ਡੈਮੇਜ ਕਰ ਸਕਦਾ ਡੈਥ ਤੱਕ ਲਿਜਾ ਸਕਦਾ ਹੈ ਤਾਂ ਕੀ ਉਹਦਾ ਡਾਕਟਰ ਦਾ ਮੁੱਢਲਾ ਫਰਜ਼ ਨਹੀਂ ਬਣਦਾ ਕਿ ਉਹ ਬਾਡੀ ਦੇ ਟੀਕੇ ਤੇ ਪਾਰਟ ਤੇ ਕਿ ਉਹਨੂੰ ਇੰਜੈਕਟ ਕਰਕੇ ਪਹਿਲਾਂ ਉਹਨੂੰ ਦੇਖਿਆ ਜਾਵੇ ਕਿ ਇਹ ਉਹਨੂੰ ਇਨਫੈਕਸ਼ਨ ਨਹੀਂ ਕਰ ਰਿਹਾ ਅਸੀਂ ਇਹ ਮੰਗ ਕਰਦੇ ਹਾਂ ਕਿ ਇਹ ਪਰਿਵਾਰ ਬਾਤੜ ਆ ਉਹ ਨਿੱਕੇ ਨਿੱਕੇ ਬੱਚੇ ਦੇਖੇ ਨਹੀਂ ਜਾ ਰਹੇ ਸਾਰਾ ਮੇਰਾ ਪਿੰਡ ਨਗਰ ਬੈਠਾ ਤੁਸੀਂ ਫੋਨ ਘੁਮਾ ਕੇ ਦੇਖ ਲਓ ਹਰ ਘਰ ਦੇ ਵਿੱਚ ਸੋਗ ਮਨਾਇਆ ਜਾ ਰਿਹਾ ਕਿ ਇੱਕ ਨੌਜਵਾਨ ਸਾਡੇ ਪਿੰਡ ਦੀ ਨੋ ਜਿਹੜੀ ਆ ਚੰਚੇਤ ਉਹਦੀ ਮੌਤ ਹੋਈ ਆ ਔਰ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਨੂੰ ਘੱਟ ਤੋਂ ਘੱਟ 10 ਲੱਖ ਰੁਪਈਆ ਮੁਆਵਜ਼ਾ ਦਿੱਤਾ ਜਾਵੇ ਬੱਚੇ 3 ਦੇ ਛੋਟੇ ਛੋਟੇ ਆ ਬੈਠੇ ਆ ਜੀ ਬੱਚੇ ਛੋਟੇ ਛੋਟੇ ਬੱਚੇ ਆ 3 ਉਹਨਾਂ ਨੂੰ ਤਾਂ ਹਜੇ ਵਿਚਾਰੇ ਨੱਕ ਮੁੰਝਣ ਦਾ ਵੀ ਨਹੀਂ ਛੋਟੇ ਆ ਅਗਲੀ ਕਾਰਵਾਈ ਇਹ ਵੀ ਜਾਤੀ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਬੈਠਾਂਗੇ ਔਰ ਬਣਦੀ ਕਾਰਵਾਈ ਜਿਨ੍ਹਾਂ ਤੇ ਜੇਣ ਗਹਿਲੀ ਆ ਤੇ ਉਹਨਾਂ ਦੀ ਬਣਦੀ ਕਾਰਵਾਈ ਕੀਤੀ ਜਾਵੇ ਸਰਕਾਰ ਤੋਂ 10 ਲੱਖ ਮੁਆਵਜ਼ਾ ਔਰ ਇਹਨੂੰ ਘੱਟੋ ਘੱਟ ਨਹੀਂ ਤਾਂ 4th ਕਲਾਸ ਬੇਸ਼ੱਕ ਸਰਕਾਰ ਕੋਈ ਨੌਕਰੀ ਦੇਵੇ ਪਰਿਵਾਰ ਦਾ ਆਪਣੇ ਪਾਲਣ ਪੋਸ਼ਣ ਕਰ ਸਕੇ ਇਹ ਮਾਮਲਾ ਇਹਦੇ ਵਿੱਚ ਨਾ ਡਾਕਟਰ ਦੀ ਅਣਗਹਿਲੀ ਦਾ ਮਾਮਲਾ ਬਿਲਕੁਲ ਵੀ ਨਹੀਂ ਹੈ ਇਹ ਪੇਸ਼ੈਂਟ ਸਾਡੀ ਪੁਰਾਣੀ ਪੇਸ਼ੈਂਟ ਹੈ ਇਹਦੇ ਦੋ ਸਿਜ਼ੇਰੀਅਨ ਸਾਡੇ ਹੀ ਹਸਪਤਾਲ 'ਚ ਬੜੇ ਸਕਸੈਸਫੁਲੀ ਹੋਏ ਆ ਅੰਡਰ ਸਪਾਈਨਲ ਐਨਸਥੀਸੀਆ ਠੀਕ ਹੈ ਲੇਕਿਨ ਹੁਣ ਵਾਲੀ ਜਿਹੜੀ ਇਹਦੀ ਸਰਜਰੀ ਸੀ ਉਹ ਗੁੱਟ ਦੀ ਸਰਜਰੀ ਸੀਗੀ ਅਤੇ ਇਹਦੇ ਲਈ ਉਹਨੂੰ ਜਨਰਲ ਐਨਸਥੀਸੀਆ ਦਿੱਤਾ ਜਾਣਾ ਸੀ ਜਨਰਲ ਐਨਸਥੀਸੀਆ ਦੀਆਂ ਦਵਾਈਆਂ ਸਪਾਈਨਲ ਐਨਸਥੀਸੀਆ ਨਾਲੋਂ ਟੋਟਲੀ ਡਿਫਰੈਂਟ ਹੁੰਦੀਆਂ ਜਿਹੜੀ ਹੁਣ ਸਾਡੀ ਡਾਕਟਰ ਹੈ ਉਹ ਹਾਈਲੀ ਕੁਆਲੀਫਾਈਡ ਹੈ ਅਪੋਲੋ ਤੋਂ ਉਹ ਅਗਲੀ ਆਪਣੀ ਐਸਆਰਸ਼ਿਪ ਕਰਕੇ ਆਈ ਹੈ ਅਤੇ ਆਪਣੇ ਕੋਲ ਰੈਗੂਲਰ ਪੋਸਟਿੰਗ 'ਤੇ ਆਈ ਹੈ ਅਤੇ ਜਿਸ ਦਿਨ ਦੀ ਆਈ ਹੈ ਉਹ ਸਰਜਰੀਆਂ ਕਰ ਰਹੀ ਹੈ ਕਿਸੇ ਵੀ ਸਰਜਰੀ 'ਚ ਕੋਈ ਫੇਲੀਅਰ ਨਹੀਂ ਹੋਇਆ ਟੀਕਾ ਗਲਤ ਨਹੀਂ ਲੱਗਾ ਉਹਨੇ ਜੋ ਟੀਕੇ ਲਗਾਉਣੇ ਸੀ ਟੀਕੇ ਉਹੀ ਲੱਗੇ ਆ ਲੇਕਿਨ ਪੇਸ਼ੈਂਟ ਦੀ ਬੋਡੀ ਰਿਐਕਟ ਕਰ ਗਈ ਆ ਉਹਨਾਂ ਟੀਕਿਆਂ ਨੂੰ ਅਤੇ ਜਿਹੜੀ ਐਲਰਜੀ ਹੁੰਦੀ ਹੈ ਉਹ ਕਿਸੇ ਨੂੰ ਵੀ ਕਿਸੇ ਵੀ ਚੀਜ਼ ਤੋਂ ਕਦੀ ਵੀ ਹੋ ਸਕਦੀ ਹੈ ਉਹਦੇ ਬਾਰੇ ਕੋਈ ਵੀ ਡਾਕਟਰ ਕੋਈ ਵੀ ਬੰਦਾ ਕਦੀ ਪਹਿਲਾਂ ਡਿਕਲੇਅਰ ਨਹੀਂ ਕਰ ਸਕਦਾ ਵੀ ਇਹਨੂੰ ਇਹਦੇ ਤੋਂ ਐਲਰਜੀ ਹੋ ਜਾਏਗੀ ਕਿਉਂਕਿ ਜੇ ਸਾਨੂੰ ਪਹਿਲਾਂ ਤੋਂ ਹੀ ਪਤਾ ਹੋਵੇ ਵੀ ਬੰਦੇ ਨੂੰ ਇਸ ਗੱਲ ਤੋਂ ਐਲਰਜੀ ਅਸੀਂ ਉਹ ਟੀਕਾ ਲਗਾਵਾਂਗੇ ਕਿਉਂ ਅਸੀਂ ਤਾਂ ਇੱਥੇ ਪੇਸ਼ੈਂਟ ਨੂੰ ਬਚਾਉਣ ਲਈ ਬੈਠੇ ਹਾਂ ਨਾ ਉਹਨੂੰ ਤਕਲੀਫ ਦੇਣ ਲਈ ਜਾਂ ਉਹਦੀ ਜ਼ਿੰਦਗੀ ਬਚਾਉਣ ਲਈ ਉਹਨੂੰ ਨੁਕਸਾਨ ਦੇਣ ਲਈ ਜਾਂ ਉਹਨੂੰ ਜਾਨ ਤੋਂ ਮਾਰਨ ਲਈ ਬਿਲਕੁਲ ਨਹੀਂ ਬੈਠੇ ਸੋ ਡਾਕਟਰ ਵੱਲੋਂ ਇੰਟੈਂਸ਼ਨਲੀ ਕੋਈ ਵੀ ਅਣਗਹਿਲੀ ਨਹੀਂ ਹੋਈ ਹੈ ਉਹਨੇ ਐਜ਼ ਏ ਪ੍ਰੋਟੋਕੋਲ ਜੋ ਪ੍ਰੋਸੀਜਰ ਸੀ ਉਹਨੇ ਪ੍ਰੋਸੀਜਰ ਫੋਲੋ ਕੀਤਾ ਲੇਕਿਨ ਜਦੋਂ ਇੱਕਦਮ ਪੇਸ਼ੈਂਟ ਉਹਨੂੰ ਲੱਗਿਆ ਵੀ ਸੀਰੀਅਸ ਹੋ ਰਿਹਾ ਹੈ ਤਾਂ ਉਹ ਇਮੀਡੀਏਟਲੀ ਸਾਰਾ ਕੰਮ ਛੱਡ ਕੇ ਸਿਰਫ ਪੇਸ਼ੈਂਟ ਨੂੰ ਬਚਾਉਣ 'ਚ ਲੱਗ ਗਈ ਮੈਂ ਆਪਣੇ ਅੱਖੀਂ ਦੇਖਿਆ ਉਹਨੇ ਮੈਨੂੰ ਵੀ ਕਾਲ ਕੀਤਾ ਸਾਡੇ ਡਾਕਟਰ ਸੋਢੀ ਨੂੰ ਵੀ ਉੱਪਰ ਕਾਲ ਕੀਤਾ ਕਿ ਮੈਮ ਇੱਦਾਂ ਐਲਰਜੀ ਹੋ ਗਈ ਹੈ ਅਤੇ ਕਾਇੰਡਲੀ ਮੇਰੀ ਮੋਰਲ ਸਪੋਰਟ ਲਈ ਨਾਲ ਆਓ ਅਤੇ ਅਸੀਂ ਆਏ ਹਾਂ ਅਤੇ ਅਸੀਂ ਉੱਥੇ ਮੈਂ ਦੇਖਿਆ ਵੀ 30-35 ਮਿੰਟ 25-30 ਮਿੰਟ ਦੀ ਸਖਤ ਮਿਹਨਤ ਤੋਂ ਬਾਅਦ ਉਹ ਪੇਸ਼ੈਂਟ ਨੂੰ ਬਚਾ ਗਈ ਉਹਨੇ ਮੈਨੂੰ ਖੁਦ ਕਿਹਾ ਕਿ ਮੈਮ ਹੁਣ ਮੈਂ ਰਿਲੈਕਸਡ ਹਾਂ ਹੁਣ ਪੇਸ਼ੈਂਟ ਉਸ ਕੰਡੀਸ਼ਨ 'ਚੋਂ ਬਾਹਰ ਹੈ ਜਿਹੜੀ ਉਹਦੀ ਜਾਨਲੇਵਾ ਕੰਡੀਸ਼ਨ ਸੀ ਤਾਂ ਪੇਸ਼ੈਂਟ ਨੂੰ ਥੋੜ੍ਹਾ ਜਿਹਾ ਸਟੇਬਲ ਕਰਕੇ ਲੇਕਿਨ ਆਪਾਂ ਨੂੰ ਇੰਟੈਂਸਿਵ ਕੇਅਰ ਯੂਨਿਟ 'ਚ ਸ਼ਿਫਟ ਕਰਨਾ ਪਏਗਾ ਕਿਉਂਕਿ ਇਹਨੂੰ ਹਲੇ ਫਰਦਰ ਕੇਅਰ ਦੀ ਲੋੜ ਹੈ ਇੱਕ ਵਾਰੀ ਜਿੰਨਾ ਹੁਣ ਇਸ ਵੇਲੇ ਸਾਡੇ ਹੋਸਪਿਟਲ 'ਚ ਹੋਣ ਦੀ ਲੋੜ ਸੀ ਉਹ ਮੈਂ ਕਰ ਦਿੱਤਾ ਅਤੇ ਮੇਰਾ ਉਹਨੂੰ ਅੱਗੋਂ ਇਹ ਕੁਐਸਚਨ ਸੀ ਵੀ ਰਵਨੀਤ ਆਪਾਂ ਐਂਬੂਲੈਂਸ 'ਚ ਭੇਜੀਏ ਰਸਤੇ 'ਚ ਜੇ ਕੋਈ ਪ੍ਰੋਬਲਮ ਹੋ ਜਾਵੇ ਸ਼ੀ ਓਪਟਿਡ ਕਿ ਮੈਮ ਮੈਂ ਨਾਲ ਜਾਊਂਗੀ ਤਾਂ ਕਿ ਰਸਤੇ 'ਚ ਕੋਈ ਪ੍ਰੋਬਲਮ ਹੋਈ ਤਾਂ ਮੈਂ ਹੈਂਡਲ ਕਰ ਲਾਂ
ਤੇ ਉਹ ਉੱਥੇ ਪੇਸ਼ੈਂਟ ਨੂੰ ਆਪ ਐਂਬੂਲੈਂਸ 'ਚ ਛੱਡਣ ਗਈ ਹੈ ਤਾਂ ਕਿ ਸਾਰੇ ਰਸਤੇ ਉਹ ਪੇਸ਼ੈਂਟ ਦੀ ਕੇਅਰ ਕਰ ਸਕੇ ਅਤੇ ਉੱਥੇ ਉਹਨੇ ਪੇਸ਼ੈਂਟ ਨੂੰ ਉੱਥੇ ਐਡਮਿਟ ਜਦੋਂ ਕਰਵਾਇਆ ਹੈ ਤਾਂ ਉਦੋਂ ਉਹਨੇ ਮੈਨੂੰ ਦੱਸਿਆ ਵੀ ਮੈਡਮ ਜਦੋਂ ਮੈਂ ਪੇਸ਼ੈਂਟ ਨੂੰ ਉੱਥੇ ਛੱਡਿਆ ਸ਼ੀ ਕਾਲਡ ਮੀ ਰਵਨੀਤ ਨੇ ਮੈਨੂੰ ਘਰੇ ਫੋਨ ਕਰਕੇ ਦੱਸਿਆ ਕਿ ਮੈਡਮ ਉਸ ਵੇਲੇ ਪੇਸ਼ੈਂਟ ਦੀ ਸਾਡੇ ਦੀ ਜਿਹੜਾ ਬੀ ਪੀ ਹੈ ਉਹ 124/86 ਜਾਂ ਮਤਲਬ ਸਟੇਬਲ ਰੇਂਜ 'ਚ ਅਤੇ ਪਲਸ ਵੀ 98-100 ਅਤੇ ਉਹਦੀ ਈ ਸੀ ਜੀ ਬਿਲਕੁਲ ਠੀਕ ਸੀ ਮਤਲਬ ਮੈਂ ਆਪਣੇ ਪੇਸ਼ੈਂਟ ਨੂੰ ਠੀਕ ਠਾਕ ਹੈਂਡਓਵਰ ਕਰਕੇ ਆਈ ਹਾਂ ਬਾਕੀ ਹੁਣ ਇੰਟੈਂਸਿਵ ਕੇਅਰ ਦਾ ਉੱਥੋਂ ਦਾ ਜਲੰਧਰ ਦਾ ਸਟਾਫ ਦੇਖੇ ਨੂੰ ਇਹਨਾਂ ਦੀ ਫੈਮਿਲੀ ਨੇ ਦੱਸਿਆ ਵੀ ਅੱਜ ਸਵੇਰੇ 4 ਵਜੇ ਹੋਈ ਹੈ ਤਾਂ ਉਹਦੇ ਹਿਸਾਬ ਨਾਲ ਪੇਸ਼ੈਂਟ ਲਗਭਗ 10-12 ਘੰਟੇ ਉੱਥੇ ਇੰਟੈਂਸਿਵ ਕੇਅਰ 'ਚ ਸਟੇਬਲ ਰਿਹਾ ਸਟੇਬਲ ਨਹੀਂ ਵੀ ਰਿਹਾ ਆਈ ਮੀਨ ਉਹ ਇੰਟੈਂਸਿਵ ਕੇਅਰ ਜਲੰਧਰ 'ਚ ਉਹਦਾ ਕੀ ਹੈ ਉਹਦਾ ਸਾਰਾ ਡਿਟੇਲ ਉਹਨਾਂ ਕੋਲ ਹੋਏਗਾ ਮੇਰੇ ਕੋਲ ਨਹੀਂ ਹੈ ਲੇਕਿਨ ਡੈਥ ਅੱਜ ਸਵੇਰੇ 4 ਵਜੇ ਜੋ ਪੇਸ਼ੈਂਟ ਦੀ ਫੈਮਿਲੀ ਨੇ ਦੱਸਿਆ ਮੈਨੂੰ ਮੇਰੇ ਕੋਲ ਇਹਦਾ ਕੋਈ ਰਿਟਨ 'ਚ ਇਨਫੋਰਮੇਸ਼ਨ ਨਹੀਂ ਹੈ ਕਿਸੇ ਵੱਲੋਂ ਨਹੀਂ ਫੈਮਿਲੀ ਨੇ ਦੱਸਿਆ